ਡਾਕਟਰ ਐਸ ਪੀ ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਰਦਾਰ ਭੁਪਿੰਦਰ ਸਿੰਘ ਜੋਹਰ ਦੀ ਮਿੱਠੀ ਯਾਦ ਵਿੱਚ ਸਨੀ ਓਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਵਿਸ਼ਰਾਮ ਪਾਰਕ ਟਰੱਸਟ ਬੁਰੀਆ ਗੇਟ ਜਗਾਦਰੀ ਵਿਖੇ ਕੀਤਾ ਗਿਆ। ਇਸ ਲੈਬ ਦਾ ਉਦਘਾਟਨ ਕਰਨ ਉਚੇਚੇ ਤੌਰ ਤੇ ਜਗਾਦਰੀ ਪਹੁੰਚੇ ਡਾਕਟਰ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਿੱਚ 80 ਤੋਂ ਵੱਧ ਕਲੀਨਿਕਲ ਲੈਬੋਰੇਟਰੀਆਂ ਚਲਾਈਆਂ ਜਾ ਰਹੀਆਂ ਨੇ। ਡਾਕਟਰ ਕਿਰਨ ਜੀ ਸਾਡੇ ਨੋਟਿਸ ਦੇਖਦੇ ਨੇ, ਸਭ ਤੋਂ ਔਖੀ ਜਿਹੜੇ ਸਾਡੇ ਟਰੱਸਟ ਵਿੱਚ ਸੇਵਾ ਦੇ ਵਾਲੇ ਨੇ ਉਹ ਡਾਕਟਰ ਕਿਰਨ ਜੀ ਕਰ ਰਹੇ ਨੇ, ਕਿਉਂਕਿ ਇੱਕ ਦੋ ਲੈਬੋਰਟਰੀਆਂ ਚਲਾਉਣੀਆਂ ਔਖੀਆਂ ਹੁੰਦੀਆਂ ਨੇ, ਇਹ ਤਾਂ 80 ਤੋਂ ਉੱਤੇ ਲੈਬੋਰਟਰੀਆਂ ਜਿਹੜੀਆਂ ਇਹ ਚਲਾ ਰਹੇ ਨੇ ਅਸੀਂ। ਉਹ ਸਾਡਾ ਟੀਚਾ ਹੈਗਾ ਕਿ ਅਸੀਂ 15 ਅਪ੍ਰੈਲ ਤੱਕ ਸਾਡੀਆਂ 100 ਲੈਬੋਰਟਰੀਜ਼ ਹੋ ਜਾਣਗੀਆਂ। ਹਰਿਆਣੇ ਵਿੱਚ ਸਾਡੀਆਂ ਤਕਰੀਬਨ 8-10-40 ਰਹੀਆਂ ਨੇ ਆਲਰੇਡੀ, ਸਾਡਾ 12 ਲੈਬੋਰਟਰੀਆਂ ਖੋਲ੍ਹਣਾ ਸੀਗਾ ਕਿ ਅਸੀਂ 12 ਲੈਬੋਰਟਰੀਆਂ ਹਰਿਆਣੇ 'ਚ ਖੋਲ੍ਹਣੀਆਂ ਨੇ, 4 ਅਜੇ ਬਾਕੀ ਨੇ। ਸੋ ਉਹ ਵੀ ਜਿਸ ਤਰ੍ਹਾਂ ਅੱਜ ਵੀ ਡਿਮਾਂਡ ਕੀਤੀ ਇਹਨਾਂ ਨੇ, ਅਤੇ ਉਹ ਗਿੱਲ ਸਾਹਿਬ ਵਿਜ਼ਿਟ ਕਰ ਲੈਣਗੇ ਉੱਥੇ, ਅਤੇ ਅਗਰ ਉਹ ਜਗ੍ਹਾ ਬਿਲਕੁਲ ਠੀਕ ਠਾਕ ਹੋਈ ਜਿਸ ਤਰ੍ਹਾਂ ਕਿ ਆਇਆ ਹੈ, ਬੜੀ ਅੱਛੀ ਜਗ੍ਹਾ ਤੁਹਾਨੂੰ ਮਿਲੀ ਹੈ ਇਹ। ਸੋ ਅਗਲੇ ਪਾਸ ਕਰਨਗੇ ਤਾਂ ਉੱਥੇ ਵੀ ਲੈਬੋਰਟਰੀ ਜਿਹੜੀ ਉਹ। ਸੋ ਅੱਜ ਜਿਹੜੀ ਲੈਬੋਰਟਰੀ ਇੱਥੇ ਖੁੱਲ੍ਹੀ ਹੈ, ਅਤੇ ਅਸੀਂ ਪਬਲਿਕ ਨੂੰ ਸਵਾਗਤ ਕਰ ਰਹੇ ਹਾਂ, ਇਹਦਾ ਉਦਘਾਟਨ ਕਰ ਦਿੱਤਾ ਗਿਆ। ਰੇਟ ਤੁਸੀਂ ਸਾਰੇ ਨੇ ਪੜ੍ਹੀ ਦੇ ਹੈ। ਟਰੱਸਟ ਨੇ ਸਾਡੇ ਨੇ ਇੱਕ ਟੀਚਾ ਲਿਖਿਆ ਸੀ ਕਿ ਅਗਰ ਅਸੀਂ ਲੈਬੋਰਟਰੀ ਖੋਲ੍ਹਣ ਜਾ ਰਹੇ ਹਾਂ ਤਾਂ ਜਿਹੜੇ ਵੀ ਕੰਮ ਅਸੀਂ ਕਰ ਰਹੇ ਹਾਂ ਉਹਦਾ ਡਾਇਰੈਕਟ ਫਾਇਦਾ ਜਿਹੜਾ ਉਹ ਪੇਸ਼ੈਂਟ ਨੂੰ ਜਾਣਾ ਚਾਹੀਦਾ ਹੈ, ਗਰੀਬ ਬੰਦੇ ਨੂੰ ਜਾਣਾ ਚਾਹੀਦਾ ਜਿਹੜੇ ਕਿ ਟੈਸਟ ਨਹੀਂ ਕਰਾ ਪਾਉਂਦੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਤਨਾਮ ਸਿੰਘ ਰੰਧਾਵਾ, ਪ੍ਰਧਾਨ ਚੰਡੀਗੜ੍ਹ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਦੱਸਿਆ ਹੈ ਕਿ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਅਨੇਕਾਂ ਹੀ ਵਿਲੱਖਣ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਜਿਸ ਅਧੀਨ ਹੀ ਇੱਥੇ ਆਮ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਸਸਤੀਆਂ ਦਰਾਂ 'ਤੇ ਲੈਬ ਟੈਸਟ ਕਰਵਾਉਣ ਦੇ ਲਈ ਸਨੀ ਓਬਰਾਏ ਕਲੀਨਿਕਲ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹਿਆ ਗਿਆ। ਉਨ੍ਹਾਂ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਉਹ ਮਨੁੱਖਤਾ ਦੇ ਭਲੇ ਲਈ ਦਿਨ ਰਾਤ ਕੰਮ ਕਰ ਰਹੇ ਨੇ। ਇਸ ਮੌਕੇ ਟਰੱਸਟ ਦੇ ਸਿਹਤ ਸੇਵਾਵਾਂ ਯੂਨਿਟ ਦੇ ਸਲਾਹਕਾਰ ਡਾਕਟਰ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਮਹਿਲਾ ਵਿੰਗ ਤੋਂ ਲੇਡੀਜ਼ ਆਈਆਂ ਨੇ ਤੇ ਖਾਸ ਕਰਕੇ ਜੋ ਪਾਰਕ ਟਰੱਸਟ ਜਿਨ੍ਹਾਂ ਨੇ ਇਹ ਜਗ੍ਹਾ ਦਿੱਤੀ ਹੈ, ਜਿਨ੍ਹਾਂ ਦੀ ਸਾਰੀ ਉਹਨਾਂ ਦੇ ਡਿਮਾਂਡ ਦੇ ਉੱਤੇ ਅਸੀਂ ਲੈਬੋਰਟਰੀ ਖੋਲ੍ਹੀ ਹੈ, ਉਹ ਟਰੱਸਟ ਦੇ ਅਸੀਂ ਬੜੇ ਹੀ ਧੰਨਵਾਦੀਆਂ, ਉਹਨਾਂ ਦਾ ਬੜੇ ਹੀ ਧੰਨਵਾਦ ਕਰਦੇ ਹਾਂ। ਬਾਕੀ ਜਿੰਨੇ ਵੀ ਟਰੱਸਟ ਬਣੇ ਨੇ, ਕਿਉਂਕਿ ਮੈਂ 7 ਸਾਲ ਚੈਰੀਟੇਬਲ ਕਮੇਟੀ ਦਾ ਚੇਅਰਮੈਨ ਰਿਹਾ, ਮੈਂ ਬਹੁਤ ਐਨ ਜੀ ਓ ਦੇਖੀਆਂ ਨੇ, 95% ਐਨ ਜੀ ਓ ਆਪਣੇ ਭਲੇ ਲਈ ਖੋਲ੍ਹੀਆਂ ਹੋਈਆਂ ਨੇ, ਲੋਕਾਂ ਦੇ ਲਈ ਨਹੀਂ, 5% ਨੇ ਜਿਹੜੇ ਲੋਕਾਂ ਦੇ ਭਲੇ ਲਈ ਨੇ। ਅਤੇ ਮੈਨੂੰ ਵੀ ਪਹਿਲਾਂ ਆ ਕੇ ਟਰੱਸਟ ਜੁਆਇਨ ਕਰਨ ਵਾਸਤੇ ਅਤੇ ਮੈਂ ਬਿਲਕੁਲ ਇਹ ਕਹਿੰਦਾ ਜੀ ਮੈਂ ਟਰੱਸਟ ਜੁਆਇਨ ਨਹੀਂ ਕਰਨਾ, ਕਿਉਂਕਿ ਮੈਂ ਦੇਖ ਚੁੱਕਿਆ ਟਰੱਸਟਾਂ ਕੀ ਹੈ। ਫਿਰ ਮੇਰੇ ਦੋਸਤ ਸੀ ਇੱਕ ਗਰਵਾਲ, ਉਹ ਆਪਣੇ ਕੈਚ ਚੋਂ ਰਿਟਾਇਰ ਹੋਏ ਸੀ, ਉਹ ਮੈਂ ਕਹਿੰਦੇ ਡਾਕਟਰ ਗਿੱਲ ਇਹ ਥੋੜ੍ਹਾ ਅਲੱਗ ਹੈ। ਫਿਰ ਓਬਰਾਏ ਸਾਹਿਬ ਨੂੰ ਮੈਂ ਆ ਕੇ ਗੱਲ ਕਰੀ ਟਰੱਸਟ ਦੀ, ਜਿਸ ਤਰ੍ਹਾਂ ਦੇਖਿਆ ਫਿਰ ਇਹ ਦੇਖਿਆ ਵੀ ਇਹ ਟਰੱਸਟ ਤਾਂ ਬਿਲਕੁਲ ਅਲੱਗ ਹੈ, ਇਹ ਲੋਕਾਂ ਤੋਂ ਪੈਸਾ ਕਰ ਕਰਕੇ ਆਪ ਇੰਜੋਏ ਕਰਨ ਵਾਸਤੇ ਨਹੀਂ ਹੈ। ਅਤੇ ਟਰੱਸਟ ਦੀ ਖਾਸੀਅਤ ਇਹ ਹੈ ਕਿ ਜਿਹੜਾ ਪੈਸਾ ਹੈਗਾ ਹੈ, ਪਹਿਲਾਂ ਰੈਸਾ ਚੈਰਮੈਨ 98% ਜਿਹੜੀ ਆਪਣੀ ਕਮਾਈ ਦਾ ਪੈਸਾ ਟਰੱਸਟ ਨੂੰ ਦਿੰਦੇ ਹਨ, ਸਾਡੇ ਟਰੱਸਟ ਦੀ ਕੋਈ ਰਸੀਦ ਨਹੀਂ ਹੈ ਕਿਸੇ ਤੋਂ ਪੈਸਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਮੁਨਾਨਗਰ ਅਵਤਾਰ ਸਿੰਘ ਚੁੱਗ ਨੇ ਕਿਹਾ ਕਿ ਦਾ ਵਾਲਾ ਚੈਰੀਟੇਬਲ ਟਰੱਸਟ ਦੀ ਔਰ ਤੋਂ ਅੱਜ ਜਗਾਦਰੀ ਦੇ ਬਿਰਧ ਆਸ਼ਰਮ 'ਚ ਪੈਥ ਲੈਬ ਖੋਲ੍ਹੀ ਗਈ ਹੈ। ਇਸ ਬਾਰੇ ਮੈਂ ਡਾਕਟਰ ਸਾਹਿਬ ਦਾ, ਓਬਰਾਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਬਿਰਧ ਆਸ਼ਰਮ 'ਚ ਉਹਨਾਂ ਨੇ ਅੱਜ ਇੱਥੇ ਫਿਜੀਓਥੈਰੇਪੀ ਸੈਂਟਰ ਵੀ ਖੋਲ੍ਹਣ ਦੀ ਅਤੇ ਸਿਲਾਈ ਸੈਂਟਰ ਖੋਲ੍ਹਣ ਦੀ ਵੀ ਘੋਸ਼ਣਾ ਕੀਤੀ ਹੈ, ਮੈਂ ਉਹਦੇ ਵਾਸਤੇ ਵੀ ਉਹਨਾਂ ਦਾ ਧੰਨਵਾਦ ਕਰਨਾ। ਔਰ ਜੋ ਪ੍ਰੋਜੈਕਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਿੱਚ ਯਮੁਨਾਨਗਰ ਜ਼ਿਲ੍ਹੇ 'ਚ ਜਿੰਨੇ ਚਲਾਏ ਜਾ ਰਹੇ ਨੇ ਉਹ ਅਸੀਂ ਬਖੂਬੀ ਨਾਲ ਨਿਗਾ ਰਹੇ ਹਾਂ। ਇਸ ਤੋਂ ਪਹਿਲਾਂ ਜਿਹੜੀ ਇੱਥੇ ਐਂਬੂਲੈਂਸ ਦਿੱਤੀ ਗਈ ਹੈ ਉਹ 1 ਸਾਲ ਤੋਂ ਇੱਥੋਂ ਰੈਗੂਲਰ ਗਰੀਬ ਲੋਕਾਂ ਦੀ ਮਦਦ ਲਈ ਮਰੀਜ਼ਾਂ ਵਾਸਤੇ ਅਸੀਂ ਲਗਾ ਕੇ ਦੇ ਰਹੇ ਹਾਂ। ਇਸ ਤੋਂ ਇਲਾਵਾ ਇੱਕ ਸਭ ਵਾਹਨ ਵੀ ਜਿਹੜਾ ਹੈ ਇੱਥੇ ਪਿੰਡਾਂ ਦੇ ਲੋਕਾਂ ਦੀ ਮੰਗ ਸੀ ਉਸ ਮੰਗ ਨੂੰ ਵੀ ਦਿੱਤਾ ਗਿਆ ਹੈਗਾ। ਇਸ ਤੋਂ ਇਲਾਵਾ 3 ਲੈਬੋਰਟਰੀਆਂ ਦੇ ਬਾਰੇ ਜਿਹੜੀ ਹੈਗੀ ਜਗ੍ਹਾ ਇੱਥੇ ਅਸੀਂ ਦੇਖ ਰਹੇ ਹਾਂ ਔਰ ਓਬਰਾਏ ਸਾਹਿਬ ਨੇ ਉਹਦੇ ਬਾਰੇ ਸਾਨੂੰ ਪਰਮਿਸ਼ਨ ਦੇ ਦਿੱਤੀ ਹੈ ਕਿ ਉਹ ਜਗ੍ਹਾ ਦੇਖੋ ਤੁਸੀਂ ਔਰ ਉਹ ਸੂਟ ਕਰਦੀ ਹੈ ਅਤੇ ਉਹ ਜਲਦ ਹੀ ਉਹ 3 ਜਗ੍ਹਾ ਹੋਰ ਲੈਬ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਫਿਜੀਓਥੈਰੇਪੀ ਸੈਂਟਰ ਔਰ ਸਿਲਾਈ ਸੈਂਟਰ ਵੀ ਇੱਥੇ ਖੋਲ੍ਹੇ ਜਾਣਗੇ। ਮੈਂ ਆਪਣੀ ਤਰਫੋਂ ਜ਼ਿਲ੍ਹਾ ਇਕਾਈ ਦੀ ਟੀਮ ਤਰਫੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਹਰਪ੍ਰੀਤ ਸਿੰਘ, ਸ਼੍ਰੀ ਦਵਿੰਦਰ ਚਾਵਲਾ,
श्री सतीश भाटिया, श्री गौरव कुमार, श्री बलराम सेठी आदि हाजिर सन।